a South Asian Canadian channel. ਤੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀ ਆਂ ਕਿ ਇੰਨੇ ਨੇੜੇ ਹੋ ਕੇ ਸੁਣਦੇ ਨੇ ਕਿ 10-15 ਮਿੰਟਾਂ ਬਾਅਦ ਹੀ ਜ਼ਮਾਨਤ ਮਿਲ ਗਈ ਤੇ ਅੱਜ ਇਹ ਭੈਣ ਕਿਸੇ ਜੇਲ 'ਚ ਜਾ ਕੇ ਨਹੀਂ ਲੇਕਿਨ ਘਰ 'ਚ ਆਪਦੀ ਭੈਣ ਨੂੰ ਹਰ ਸਾਲ ਦੀ ਤਰ੍ਹਾਂ ਰੱਖੜੀ ਬੰਨ੍ਹੂ ਗਈ ਲੇਕਿਨ ਜਿੱਥੇ ਇੱਥੇ ਸ਼ੁਕਰਾਨਾ ਕਰਦੀ ਆ ਖੁਸ਼ੀ ਹੁੰਦੀ ਹੈ ਇਹ ਗੱਲ ਜ਼ਰੂਰ ਮੈਨੂੰ ਮਹਿਸੂਸ ਹੁੰਦੀ ਹੈ ਕਿ ਅੱਜ ਵਿਕਰਮ ਦਾ ਨਾਂ ਲੈ ਕੇ ਜਿਹੜੀ ਪਾਰਟੀਆਂ ਨੇ ਸਿਆਸਤ ਖੇਡੀ ਨਸ਼ਿਆਂ ਦੀ ਗੱਲ ਕਰਕੇ ਅੱਜ ਕਿੰਨੇ ਸਾਡੇ ਨੌਜਵਾਨ ਕਿੰਨੀਆਂ ਮੇਰੀਆਂ ਭੈਣਾਂ ਹੈਗੀਆਂ ਜਿਨ੍ਹਾਂ ਦੇ ਵੀਰ ਅੱਜ ਰਹੇ ਨਹੀਂ ਕਿਉਂਕਿ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਉਹ ਮਰੇ ਨੇ ਅਤੇ ਇਹ ਭੈਣ ਤਾਂ ਜ਼ਰੂਰ ਆਪਦੇ ਭਰਾ ਦੇ ਕਲਾਈ 'ਚ ਰੱਖੜੀ ਬੰਨੂਗੀ ਲੇਕਿਨ ਉਹਨਾਂ ਸਾਰੀਆਂ ਭੈਣਾਂ ਦੇ ਜੀਵਨ ਕਾਲ ਕਿੰਨੇ ਸੁਨੇ ਹੋਣਗੇ ਜਿਨ੍ਹਾਂ ਦੇ ਭਰਾ ਨਹੀਂ ਰਹੇ ਜਦ ਉਹਨੂੰ ਭੱਜ ਕੇ ਉਹ ਸੀਗਾ ਨਹੀਂ ਘਰੇ ਨਹੀਂ ਸੀਗਾ 8 ਮਹੀਨੇ ਮੇਰਾ ਭਰਾ ਤਾਂ ਨਹੀਂ ਰਿਹਾ ਜਿਹਦੇ ਉੱਤੇ ਇਹਨਾਂ ਨੇ ਸਿਆਸਤ ਖੇਡ ਕੇ ਇਹਦਾ ਨਾਂ ਵਰਤਿਆ ਅਤੇ ਨਸ਼ੇ ਘਟੇ ਨੇ ਪਹਿਲੇ ਤੋਂ ਕਿ ਵਧੇ ਨੇ ਅਤੇ ਸਰਕਾਰ ਨੂੰ ਮੈਂ ਕਹਿੰਦੀ ਹਾਂ ਕਿ ਹੁਣ ਆਪ ਦੀ ਬਦਲਾਖੋਰੀ ਘੜਨੀ ਬੰਦ ਕਰੋ ਅਤੇ ਮਾਵਾਂ ਦੇ ਪੁੱਤਾਂ ਨੂੰ ਬਚਾਓ ਭੈਣਾਂ ਦੇ ਭਰਾਵਾਂ ਨੂੰ ਬਚਾਓ ਉਹ ਸਾਰੀ ਭੈਣਾਂ ਦੇ ਬਾਰੇ ਸੋਚੋ ਜਿਨ੍ਹਾਂ ਦੇ ਕੱਲ੍ਹ ਕੋਈ ਭਰਾ ਨਹੀਂ ਜਿਨ੍ਹਾਂ ਦੀ ਕਲਾਈ ਚੋਂ ਰੱਖੜੀ ਬੰਨ ਸਕਦੇ ਹਾਂ ਨੂੰ 8 ਮਹੀਨੇ ਜੇਲ੍ਹ ਦੇ ਵਿੱਚ ਰੱਖ ਕੇ ਪੰਜਾਬ ਦਾ ਕੋਈ ਭਲਾ ਹੋਇਆ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਪੰਜਾਬੀਆਂ ਨੂੰ ਜਾਂ ਪੰਜਾਬ ਨੂੰ ਕੋਈ ਭਲਾ ਹੋਇਆ ਮੇਰੇ ਵੀਰਾ ਤਾਂ ਲੋਕ ਦੱਸਣਗੇ ਮੈਂ ਲੋਕਾਂ ਤੋਂ ਪੁੱਛਦੀ ਹਾਂ ਤੁਸੀਂ ਦੱਸੋ 8 ਮਹੀਨੇ ਜਿਹਨੂੰ ਇਹ ਕਹਿੰਦੇ ਸੀ ਜਿਹੜਾ ਨਸ਼ਾ ਵੇਚਦਾ ਹੈ ਉਹ ਤਾਂ ਜੇਲ੍ਹ 'ਚ ਇਹਨਾਂ ਦੀ ਨਿਗਰਾਨੀ 'ਚ 8 ਮਹੀਨੇ 'ਚੋਂ ਹੈਗਾ 6 ਮਹੀਨੇ ਜੇਲ੍ਹ 2 ਮਹੀਨੇ ਉਸ ਤੋਂ ਪਹਿਲੇ ਬਾਹਰ ਰਿਹਾ ਤੁਸੀਂ ਦੱਸੋ ਤੁਹਾਡੀ ਗਲੀ ਮੁਹੱਲੇ 'ਚ ਦਰ ਦਰ 'ਚ ਤੁਹਾਡੇ ਨਸ਼ੇ ਘਟੇ ਨੇ ਕਿ ਵਧੇ ਨੇ ਅਤੇ ਜੇ ਵਧੇ ਨੇ ਤਾਂ ਫਿਰ ਦੋਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ 2015 ਦੇ ਬਾਅਦ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਤਰੱਕੀ ਦੀ ਲੀਹਾਂ ਤੋਂ ਲੋਕਾਂ ਦੀ ਸਹੂਲਤਾਂ ਨੂੰ ਇਹ ਸਾਰੀ ਚੀਜ਼ਾਂ ਨੂੰ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਜਿਸ ਉਹੋ ਜਿਹਾ ਪ੍ਰਚਾਰ ਕੀਤਾ ਅਤੇ ਅੱਜ ਬਦਲਾਵ ਦੇ ਨਾਂ 'ਚ ਅਸੀਂ ਵੀ ਸਿਰ ਮੱਥੇ ਲੋਕਾਂ ਦਾ ਬਦਲਾਵ ਲੇਕਿਨ ਦੁੱਖ ਇਸ ਗੱਲ ਦਾ ਕਿ ਮੈਨੂੰ ਨਹੀਂ ਲੱਗਦਾ ਇਹ ਬਦਲਾਵ ਜਿਹੜਾ ਪੰਜਾਬ 'ਚ ਆਇਆ ਇਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਹੋਇਆ ਮੈਨੂੰ ਤਾਂ ਇਹਦੇ ਵਿੱਚ ਨੁਕਸਾਨ ਹੀ ਨਜ਼ਰ ਆਉਂਦਾ ਹੈ ਅਤੇ ਮੈਂ ਲੋਕਾਂ ਨੂੰ ਕਹਾਂਗੀ ਕਿ ਜਿਹੜੇ ਸਿਰਫ ਸ਼ਬਦਾਂ ਦੇ ਵਪਾਰੀ ਹੁੰਦੇ ਨੇ ਸ਼ਬਦਾਂ ਦੇ ਖੇਡ ਖੇਡ ਕੇ ਤੁਹਾਨੂੰ ਗੁੰਮਰਾਹ ਕਰ ਲੈਂਦੇ ਨੇ ਅੱਜ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਅੱਜ ਲੋਕਾਂ ਦਾ ਹਾਲ ਕੀ ਹੈ ਅੱਜ ਅੱਧੇ ਇਲਾਕੇ 'ਚ ਬਾੜ ਦੇ ਨਾਲ ਫਸਲ ਰੁੱਲ ਗਈ ਪਸ਼ੂ ਮਰ ਗਏ ਗਰੀਬਾਂ ਦੇ ਘਰ ਮੁੱਕ ਗਏ ਇੱਕ ਪਾਸੇ ਪਸ਼ੂਆਂ ਦੀ ਇੰਨੀ ਵੱਡੀ ਬਿਮਾਰੀ ਪਸ਼ੂਆਂ ਦਾ ਢੇਰ ਲੱਗਿਆ ਉੱਥੇ ਇਸ ਗੱਲ ਦਾ ਕਿ ਮੈਨੂੰ ਨਹੀਂ ਲੱਗਦਾ ਇਹ ਬਦਲਾਵ ਜਿਹੜਾ ਪੰਜਾਬ 'ਚ ਆਇਆ ਇਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਹੋਇਆ ਮੈਨੂੰ ਤਾਂ ਇਹਦੇ ਵਿੱਚ ਨੁਕਸਾਨ ਹੀ ਨਜ਼ਰ ਆਉਂਦਾ ਹੈ ਅਤੇ ਮੈਂ ਲੋਕਾਂ ਨੂੰ ਕਹਾਂਗੀ ਕਿ ਜਿਹੜੇ ਸਿਰਫ ਸ਼ਬਦਾਂ ਦੇ ਵਪਾਰੀ ਹੁੰਦੇ ਨੇ ਸ਼ਬਦਾਂ ਦੇ ਖੇਡ ਖੇਡ ਕੇ ਤੁਹਾਨੂੰ ਗੁੰਮਰਾਹ ਕਰ ਲੈਂਦੇ ਨੇ ਅੱਜ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਅੱਜ ਲੋਕਾਂ ਦਾ ਹਾਲ ਕੀ ਹੈ ਅੱਜ ਅੱਧੇ ਇਲਾਕੇ 'ਚ ਬਾੜ ਦੇ ਨਾਲ ਫਸਲ ਰੁੱਲ ਗਈ ਪਸ਼ੂ ਮਰ ਗਏ ਗਰੀਬਾਂ ਦੇ ਘਰ ਮੁੱਕ ਗਏ ਇੱਕ ਪਾਸੇ ਪਸ਼ੂਆਂ ਦੀ ਇੰਨੀ ਵੱਡੀ ਬਿਮਾਰੀ ਪਸ਼ੂਆਂ ਦਾ ਢੇਰ ਲੱਗਿਆ ਹੋਇਆ ਹੈਗਾ ਕਿੱਥੇ ਸਰਕਾਰ ਕਿਹਦੀ ਬਾਹ ਫੜ ਰਹੀ ਹੈ ਸਰਕਾਰ ਨਾਮ ਦੀ ਚੀਜ਼ ਹੈ ਵਿਕਰਮ ਜੀਠੀਆ ਦੇ ਬਾਹਰ ਆਉਣ ਦੇ ਨਾਲ ਅਕਾਲੀ ਦਲ ਨੂੰ ਵੀ ਮਜ਼ਬੂਤੀ ਮਿਲੇਗੀ ਬਿਲਕੁਲ ਮਿਲੋਗੇ ਜੀ ਅਕਾਲੀ ਦਲ ਅੱਗੇ ਹੀ ਚਾਰੋਂ ਪਾਸਿਓਂ ਪਹਿਲੇ ਵੀ ਸਾਰਿਆਂ ਨੇ 2015 ਤੋਂ ਘੇਰਾ ਪਾਇਆ ਹੋਇਆ ਸੀਗਾ ਸਾਡੇ ਸੂਬੇ ਦਾ ਸਾਡੀ ਪਾਰਟੀ ਦਾ ਹੁਣ ਸਾਡੇ ਧਾਰਮਿਕ ਸਥਾਨਾਂ 'ਚ ਅਤੇ ਜ਼ਰੂਰ ਵਿਕਰਮ ਦੇ ਆਉਣ ਦੇ ਨਾਲ ਇੱਕ ਵਾਰ ਫਿਰ ਸੁਖਬੀਰ ਜੀ ਵਿਕਰਮ ਸਮੂਹ ਪਾਰਟੀ ਤਕੜੇ ਹੋ ਕੇ ਜ਼ਮੀਨ 'ਚ ਉੱਤਰ ਕੇ ਆਪਣੀ ਪਾਰਟੀ ਨੂੰ ਖੇਤਰੀ ਪਾਰਟੀ ਨੂੰ ਜਿਹੜੀ ਪੰਜਾਬ ਅਤੇ ਪੰਜਾਬੀਆਂ ਦੀ ਗੱਲ ਕਰਦੀ ਹੈ ਪੰਜਾਬ ਵਾਸਤੇ ਮਰ ਮਿਟਣ ਤਾਂ ਇਹ ਤਿਆਰ ਹੈ ਕੋਈ ਕੁਰਬਾਨੀ ਸਾਡੇ ਵਾਸਤੇ ਛੋਟੀ ਨਹੀਂ ਅਸੀਂ ਆਪਣੇ ਲੋਕਾਂ ਵਾਸਤੇ ਕੁਛ ਵੀ ਕੁਰਬਾਨ ਕਰ ਸਕਦੇ ਹਾਂ ਅਸੀਂ ਨਾ ਆਪਣਾ ਕੋਈ ਨਿੱਜੀ ਫਾਇਦਾ ਨਾ ਕੋਈ ਸਿਆਸੀ ਫਾਇਦਾ ਗਠਬੰਧਨ ਵੀ ਛੱਡਿਆ ਕੁਰਸੀ ਵੀ ਛੱਡੀ ਲੜਾਈ ਲੜਨ ਵਾਸਤੇ ਤਤਪਰ ਅੱਗੇ ਸਾਨੂੰ ਨਾ ਆਪਣੀ ਪਰਵਾਹ ਅਤੇ ਨਾ ਹੀ ਕਾਹਦੇ ਅੱਗੇ ਵੀ ਪਰਵਾਹ ਹੋਊਗੀ ਕਿਉਂਕਿ ਸਾਡੇ ਵਾਸਤੇ ਸਾਡੇ ਪੰਜਾਬ ਸਾਡੇ ਪੰਜਾਬੀ ਸਭ ਤੋਂ ਪਹਿਲਾਂ ਪੰਜਾਬ ਦੀ ਅਮਨ ਸ਼ਾਂਤੀ ਪੰਜਾਬ ਦੀ ਏਕਤਾ ਪੰਜਾਬ ਦੀ ਤਰੱਕੀ ਮਾਲਿਕ ਦੀ ਕਿਰਪਾ ਦੇ ਨਾਲ ਜ਼ਰੂਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਆਈ ਹਾਂ ਅਤੇ ਲੋਕਾਂ ਦੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਦਿਲਾਇਆ ਮੈਨੂੰ ਤਾਂ ਪਤਾ ਹੀ ਸੀ ਕਿ ਗੁਰੂ ਦੇ ਸਾਹਮਣੇ ਅਰਦਾਸ ਕਰੋ ਬੜੀ ਸੁਣੀ ਜਾਂਦੀ ਹੈ ਲੇਕਿਨ ਲੋਕਾਂ ਨੇ ਪਿਛਲੇ ਕੁਛ ਮਹੀਨਿਆਂ 'ਚ ਬੜਾ ਅਹਿਸਾਸ ਕਰਾਇਆ ਕਿ ਮੇਰੀ ਰੱਬ ਬੜੀ ਨੇੜੇ ਹੋ ਕੇ ਸੁਣਦਾ ਹੈ ਸੋ ਜ਼ਰੂਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਵੀ ਅਰਦਾਸ ਕਰਾਂਗੀ ਅਤੇ ਜ਼ਰੂਰ ਵਿਕਰਮ ਵੀ ਬਰੀ ਹੋਊਗਾ ਅਤੇ ਹੋਰ ਲੋਕ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਵੀ ਮੈਂ ਅਰਦਾਸ ਕਾਂਗਰਸ ਅੱਧੀ ਆਮ ਆਦਮੀ ਪਾਰਟੀ ਦਾ ਲਾ
पंजाब च आने का कारण ही है जिहड़ी कांग्रेस की वोट ट्रांसफर हुई। बाकी भाजपा से जिहड़े शामिल हो गए ने, दूजे जिहड़े बचे कुचे ने, वह किन्ने दिन रहिंदे ने, वह समा दसूगा। अज सारिया का इको ही निशाना, पहले भी उन्होंने इको ही निशाना सीगा कि खेतरी पार्टी नूं कमज़ोर करिए। अज भी इन्हों सारिया नूं पता है कि साडी लड़ाई सिर्फ श्रोमणी अकाली दल दे नाल हैगी, भावें यह भाजपा होए, भावें कांग्रेस होए, भावें आम आदमी पार्टी, भावें केंद्र की एजेंसियां होन, सारिया का इको निशाना हैगा, जिहदे करके वह साडे विच फुट पाना चाहते हैं साडी श्रोमणी कमेटी। तुसीं देखिया हुण श्रोमणी कमेटी की मैं गल करा, पहले कांग्रेसियां ने साडे हरियाणे नूं, भाजपा आई साडी जित्ती जिताई दिल्ली कमेटी नूं खरीद के लै गए, हुण इत्थे आके डेरा ला रहे हैं। सो ये केंद्र की जिहड़ी ताकतां हुंदियां ने, ये पंजाब का फायदा, पंजाबियों का फायदा, सिखां का फायदा कदे बर्दाश्त नहीं करदियां। ये साडे उत्ते राज करना चाहुंदियां ने, ते साडे उत्ते राज सिर्फ साडा गुरु करदा, होर किसे दा राज आपां चलदे नहीं। लखी सिंह दी रिहाई संबंधी श्रोमणी कमेटी वालों बनाई गई कमेटी वालों अनेकां वार प्रधानमंत्री राष्ट्रपति चिट्ठी लेके मुलाकात का समा मंगया गया, पर हले तक कोई सुनवाई नहीं होई। बिल्कुल सुनवाई नहीं, तो मैनू दुख इस गल दा कि जे इंदिरा गांधी दे कातिल रिहा हो सकते ने, तो क्यों सिखा दे नाल वितकरा जिन्ह ने अपनी सजावं पूरी कर दित्तियां ने। मैनू पता है कई लोग समझते हैं कि यह मुद्दा श्रोमी अकाली दल क्यों चकदा है, लेकिन मैं कहती हाँ देश च कोई भी धर्म होए, कोई भी वर्ग होए, कोई भी सूबा होए, गरीब इंसान होए, कोई भी होए, हरेक के हक च असी कहते हैं कि जिन्हें अपनी सज़ा पूरी करती वह संविधानिक हक है कि वह आज़ाद होए। मैं अपने सिखा की गल इस करके करती हूँ अपनी बंदी सिखा दी, क्योंकि वह साढ़े पंजाब के मेरे अपने ने, तो जे उन्होंने 25-25, 30-30 साल दो बारी उन्होंने सजावं पूरी हो गई ने, फिर क्यों उन्होंने बंद करके रखे है? तो इंदिरा गांधी के कातिल रिहा हो सकते, तो साढ़े बंदी भरा क्यों नहीं, राजीव गांधी के कातिल रिहा हो सकते हैं, तो साढ़े बंदी सिख क्यों नहीं हो सकते? आखिरी सवाल, ये कुछ क असी कह लिए श्रोमणी अकाली दल भी बगावती सुर उठ रहे हैं, मीटिंग हो रही ने, पद्धर अनुशासनिक कमेटी बनाई गई है, तो उन्होंने लगता है कि बिक्रम जीठिया के बाहर आने सारा कुछ ठीक हो जाएगा, जिन्ने घर उसे ने सारे मना लिया जाएगा, ज़्यादातर जो मीटिंग ने मस्जिद में हो रही ने, किवें देख रहे हो इसमें? देखो बहुत सारे लोग जिमें मैं क्या बड़ी सारी ताकत है, जिमें कांग्रेस तुसी देखिया महाराष्ट्र से की होया, अज तुसी देखिया है बिहार से भी वही कोल, इस तो पहला आप देख लिया भावें कर्नाटका होए, भावें मध्य प्रदेश होए, राजस्थान से भी कोशिश की, गोवा से भी, सो ये बहुत सारिया ही कुछ पंजाब से भी करना चाहते हैं। तो अकाली दल जिमें कांग्रेस ही खरीद के उत्थे चले गए इलेक्शन तो पहले, हुण उन्होंने वो सारी कोशिश अब अकाली दल से भी कर रहे हैं, कुछ अपने हैगे जिहड़े विच बैठे ने, जिहड़े एजेंडा उन्हों का कुछ होर है, लेकिन मैं सारिआं नूं आही कहना चाहुंदी हाँ ये 100 साल पुरानी पार्टी हैगी, इंदिरा गांधी ने बथेरे हथकंडे अपनाए, बादल साहब नूं 16-16 साल जेल च बंद किया, बथेरी लालचा दित्तियां कि तुहानूं कोई हमेशा वास्ते राज करोगे। ये पार्टी ने असी पंजाब प्रति समर्पित हाँ, साडे बजुर्गों ने जे कैदां कट्टियां ने अपने परिवार नूं छड्ड के, अज मेरा भरा 6 महीने दूर रहा, मैनूं पता है उहदे बच्चों के परिवार के उत्ते की बीती है, बादल साहब 16 साल दूर रहे ने इस परिवार च, सुखबीर जी दे ए उना दी विरासत हैगी, ते असी अपने पंजाब वास्ते कोई कुरबानी साडे वास्ते वास्ता लड़दे रहांगे। राज भाग नहीं साडा निशाना, पंजाब दे हकां दी राखी साडा निशाना, बाकी देण वाला तां रब हैगा। पर जोर तरीके दा असी बिजली बिल नूं अपोज कीता, ते अपोज करदे होए मैनूं इस गल दा बड़ा दुख होया कि जिथे शरेआम झूठ बोलिया जा रहा सी फ्लोर ऑफ द हाउस च कि असी कोई किसानां नूं असी कोई आश्वासन ही नहीं दिता सी, कोई वादा नहीं किया कि आप बिल पार्लीमेंट से लाने तो पहले थोड़े नाल शरा मशवरा किया जाऊगा, तो मेरे को चिट्ठी सी जिहड़ा उन्हां दा झूठ साबित, लेकिन क्योंकि मैं कली एक आवाज़ सी मैनू बोलन नहीं दिता गया। जे लोगों ने माड़ा जा भी साडी पार्टी का साथ दे के साडे नाल 5 बंदे खड़े होंगे तो असी उन्हां नू मजबूर करते कि साडी गल उन्हां दा झूठ असी बेनकाब करते, लेकिन जिन्हां नू तो इन्हां ने 5-8 बंदे जिहड़ी पार्टियां दे कामयाब पंजाब तो करके भेजे, उन्होंने तो किसानों की गल तक नहीं की। मनीष तिवारी जी ने शुरू की डिबेट, कांग्रेस विरोधी पार्टी है, उन्होंने तो किसानों तक की गल नहीं की। जब मेरी चिट्ठी देखी तो अखीर से फिर कांग्रेस को बुलाया, लेकिन मैं इस गल का दुख होया कि जिहड़ी तुहाडी अपनी पार्टी है, जिहड़े तुहाडे वास्ते बोलना लड़ना कुरबान होना चाहती है, उन्होंने तुम दरकिनार किया इन्हों के झूठ के फरेब में आके, तो जिन्होंने तुम कामयाब किया है उन्होंने इतिहास की हैगा, तो उन्होंने भावें मैं दरबार साहब की गल करा, कतलेआम की गल करा, या इस आम आदमी की गल करा,
इन्हों की देन की है, इन्हों का पंजाब नाल कोई लगाव नहीं है। मैं बेनती करती हूँ अपने आप तकड़ा करो ताकि तकड़े होकर असी थोड़ी लड़ाई लड़ सकें। A South Asian Canadian channel.